ਚੈਨਲ ਆਈ ਪੰਜਾਬ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਕਿਸੇ ਨੂੰ ਸ਼ਰਾਬ ਦਾ ਨਸ਼ਾ, ਕਿਸੇ ਨੂੰ ਅਫੀਮ ਜਾਂ ਸਮੈਕ ਜਾਂ ਚਿੱਟੇ ਦਾ ਨਸ਼ਾ, ਪਰ ਇੱਕ ਅਜੀਬ ਕਿਸਮ ਦਾ ਇਨਸਾਨ ਹੈ ਭੁੰਨਰ ਹੇੜੀ ਪੰਚਾਇਤ ਦਫ਼ਤਰ 'ਚ ਕੰਮ ਕਰਦਾ ਗ੍ਰਾਮ ਸੇਵਕ ਸਤਵਿੰਦਰ ਸਿੰਘ ਕੰਗ। ਇਸ ਸ਼ਖਸ ਨੂੰ ਤਾਸ਼ ਖੇਡਣ ਦਾ ਅਜੀਬ ਨਸ਼ਾ ਲੱਗਾ ਹੋਇਆ ਹੈ। ਇਹ ਤਾਸ਼ ਖੇਡੇ ਬਿਨਾਂ ਨਹੀਂ ਰਹਿ ਸਕਦਾ, ਡਿਊਟੀ ਸਮੇਂ ਵੀ ਇਸ ਨੂੰ ਤਾਸ਼ ਖੇਡਣੀ ਪੈਂਦੀ ਹੈ। ਇਹ ਗ੍ਰਾਮ ਸੇਵਕ ਪੰਚਾਇਤ ਦਫ਼ਤਰ 'ਚ ਹੋਰ ਕਰਮਚਾਰੀਆਂ ਨੂੰ ਇਕੱਠੇ ਕਰਕੇ ਤਾਸ਼ ਖੇਡਣ ਲੱਗ ਜਾਂਦਾ ਹੈ। ਇਹ ਵੀ ਸੁਣਨ ਵਿੱਚ ਆਇਆ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਇਸ ਦਾ ਅੱਛਾ ਅਸਰ ਰਸੂਖ ਹੈ, ਜਿਸ ਕਰਕੇ ਅਧਿਕਾਰੀ ਇਸ ਤੋਂ ਡਰਦੇ ਹਨ ਅਤੇ ਇਸ ਨੂੰ ਤਾਸ਼ ਖੇਡਣ ਤੋਂ ਨਹੀਂ ਰੋਕਦੇ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਪੱਤਰਕਾਰਾਂ ਦੀ ਇੱਕ ਟੀਮ ਨੇ ਇਸ ਗ੍ਰਾਮ ਸੇਵਕ ਨੂੰ ਤਾਸ਼ ਖੇਡਦਿਆਂ ਦੇਖਿਆ ਤਾਂ ਇਸ ਦੀਆਂ ਫੋਟੋ ਖਿੱਚਣੀਆਂ ਚਾਹੀਆਂ, ਤਾਂ ਉਸਨੇ ਪੱਤਰਕਾਰਾਂ ਨਾਲ ਬਦਤਮੀਜ਼ੀ ਕੀਤੀ ਸੀ। ਪੱਤਰਕਾਰਾਂ ਨੇ ਇਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਕੋਲ ਕੀਤੀ ਸੀ, ਪਰ ਅਸਰ ਸੂਖ ਹੋਣ ਕਰਕੇ ਉਸ ਦਾ ਕੋਈ ਕੁਝ ਨਹੀਂ ਸੀ ਵਿਗਾੜ ਸਕਿਆ। ਬੀਤੇ ਦਿਨ ਚੈਨਲ ਆਈ ਪੰਜਾਬ ਦੀ ਟੀਮ ਕਿਸੇ ਖਬਰ ਲਈ BDPO ਦਫ਼ਤਰ ਗਈ ਤਾਂ ਦਫ਼ਤਰ ਦੇ ਬਰਾਂਡੇ 'ਚ ਇਹ ਸ਼ਖਸ ਕੁਝ ਵਿਅਕਤੀਆਂ ਨੂੰ ਇਕੱਠੇ ਕਰਕੇ ਤਾਸ਼ ਖੇਡ ਰਿਹਾ ਸੀ। ਇਸ ਸੰਬੰਧੀ DDPO ਸੁਰਿੰਦਰ ਸਿੰਘ ਢਿੱਲੋਂ ਤੋਂ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਪਹਿਲਾਂ ਮੈਨੂੰ ਇਹੋ ਜਿਹੀ ਕੋਈ ਸ਼ਿਕਾਇਤ ਨਹੀਂ ਆਈ, ਹੁਣ ਤੁਸੀਂ ਦੱਸਿਆ ਹੈ ਤਾਂ ਪਤਾ ਲਗਾ ਲਵਾਂਗਾ। ਹੈਲੋ ਢਿੱਲੋਂ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੁਲਵੰਤ ਸਿੰਘ ਲੱਗੜਪੁਰੀ ਬੋਲ ਰਿਹਾ ਜੀ, ਆਈ ਪੰਜਾਬ ਚੈਨਲ ਤੋਂ। ਹਾਂਜੀ। ਅੱਛਾ, ਤੁਹਾਡੇ ਕੋਲ ਇੱਕ ਦਰਖਾਸਤ ਆਈ ਹੋਣੀ ਆ ਸਤਵਿੰਦਰ ਸਿੰਘ ਗ੍ਰਾਮ ਸੇਵਕ ਭੁੰਨਰ ਰੇੜੀ ਤੋਂ, ਤੇ ਕੁਛ ਦਿਨ ਪਹਿਲਾਂ ਮੀਡੀਆ ਦੇ ਨਾਲ ਬਸ ਲੂਟ ਕੀਤੀ ਸੀਗੀ। ਉਹਨਾਂ ਨੇ ਸਤਵਿੰਦਰ ਸਿੰਘ ਨੇ ਤੁਹਾਨੂੰ ਇਹ ਤੁਹਾਡੇ ਕੋਲ ਦਰਖਾਸਤ ਵੀ ਦਿੱਤੀ ਹੋਈ ਆ ਪੱਤਰਕਾਰਾਂ ਨੇ। ਅੱਛਾ ਜੀ। ਤੇ ਅੱਜ ਅਸੀਂ ਕਿਸੇ ਖਬਰ ਲਈ ਗਏ ਸੀ, ਅੱਜ ਫਿਰ ਉੱਥੇ ਇਹ ਮੁਲਾਜ਼ਮ ਭੁੰਨਰ ਰੇੜੀ ਦਫ਼ਤਰ ਦੇ ਵਿੱਚ ਤਾਸ਼ ਖੇਡਦੇ ਹੋਏ ਪਾਏ ਗਏ। ਹਾਂਜੀ, ਅੱਜ ਵੀ ਭੁੰਨਰ ਰੇੜੀ ਦੇ ਵਿੱਚ ਇਹੀ ਜਿਹੜੇ ਮੁਲਾਜ਼ਮ ਸੀ ਤਾਸ਼ ਖੇਡ ਰਹੇ ਸੀ। ਅੱਛਾ ਜੀ। ਹਾਂਜੀ ਹਾਂਜੀ। ਤੇ ਇਹਦੇ ਤੇ ਕੋਈ ਕਾਰਵਾਈ ਹੋ ਰਹੀ ਆ ਕਿ ਨਹੀਂ, ਜਿਹੜੀ ਐਪਲੀਕੇਸ਼ਨ ਸੀਗੀ? ਨਹੀਂ, ਮੈਨੂੰ ਤਾਂ ਨਾ ਜੀ ਤੁਹਾਡੇ ਫੋਨ ਤੋਂ ਪਤਾ ਲੱਗਿਆ ਵੀ ਕਿਸੇ ਸਤਵਿੰਦਰ ਦੇ ਵਿਰੁੱਧ ਕੋਈ ਐਪਲੀਕੇਸ਼ਨ ਦਿੱਤੀ ਹੈ ਮੇਰੇ ਕੋਲ। ਮੈਨੂੰ ਤੁਸੀਂ ਤੁਹਾਡੇ ਟੈਲੀਫੋਨ ਤੋਂ ਪਤਾ ਲੱਗਿਆ, ਮੇਰੇ ਧਿਆਨ 'ਚ ਨਹੀਂ ਹੈਗਾ ਜਾਂ ਉਹਨਾਂ ਕੋਈ ਤੁਹਾਡੇ ਨਾਲ ਬਦ ਸਲੂਕੀ ਕੀਤੀ ਹੈ ਜਾਂ ਕੋਈ ਗੱਲ ਹੋਈ ਹੈ। ਨਾ ਮੈਨੂੰ ਉਹਨੇ ਦੱਸਿਆ, ਨਾ ਕਿਸੇ ਹੋਰ ਪੱਤਰਕਾਰ ਨੇ ਦੱਸਿਆ। ਮੇਰੇ ਤੁਸੀਂ ਹੁਣ ਧਿਆਨ 'ਚ ਲਿਆਂਦਾ, ਮੈਂ ਪੁੱਛ ਲੈਂਦਾ ਉਹਨਾਂ ਨੂੰ। ਜਿਵੇਂ ਤੁਸੀਂ ਸੁਣਿਆ, DDPO ਵੀ ਇਹ ਗੱਲ ਕਹਿ ਰਹੇ ਹਨ ਕਿ ਮੈਂ ਪਤਾ ਲਗਾ ਲੈਣਾ, ਪਰ ਉਹ ਕਾਰਵਾਈ ਦਾ ਕੋਈ ਭਰੋਸਾ ਨਹੀਂ ਦੇ ਰਹੇ। ਕੈਮਰਾਮੈਨ ਸੁਖਚੈਨ ਸ਼ਰਮਾ ਦੇ ਨਾਲ ਗੁਰਜੀਤ ਸਿੰਘ ਉਲਟਪੁਰ ਦੀ ਰਿਪੋਰਟ।